ਤਾਂ ਹਾਂਜੀ ਯੂਟਿਊਬ ਫੈਮਿਲੀ, ਕੀ ਹਾਲ ਚਾਲ ਹੈ ਸਾਰਿਆਂ ਦਾ? ਗੁੱਡ ਮੋਰਨਿੰਗ ਸਾਰਿਆਂ ਨੂੰ। ਅੱਜ ਦੇ ਦਿਨ ਦੀ ਕਰੀਏ ਸ਼ੁਰੂਆਤ, ਬਣਾਈਏ ਨਵਾਂ ਬਲੌਗ। ਅਤੇ ਅੱਜ ਮੈਂ ਚੱਲਾਂ ਜਿੰਮ ਨੂੰ, ਸੁਬਹਾ ਕਾਫੀ ਜਲਦੀ ਚੱਲ ਪਿਆ ਅੱਜ, ਤਾਂ ਆਓ ਤੁਹਾਨੂੰ ਨਾਲ ਲੈ ਚੱਲੀਏ, ਸਵੇਰ ਦੇ ਵਿਊ ਦਿਖਾਈਏ ਤੁਹਾਨੂੰ ਮੋਰਨਿੰਗ ਦੇ, ਅਤੇ ਤੁਹਾਨੂੰ ਜਿੰਮ ਦਾ ਸਫ਼ਰ ਦਿਖਾਈਏ। ਰਿਸ਼ੀ ਫਿਟਨੈਸ ਕਲੱਬ, ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤਾਂ ਜੀ ਯੂਟਿਊਬ ਵਾਲਿਓ, ਅਸੀਂ ਪਹੁੰਚ ਚੁੱਕੇ ਹਾਂ ਜਿੰਮ, ਅਤੇ ਹੁਣ ਕਰ ਰਹੇ ਹਾਂ ਆਪਣੀ ਗੈਂਗ ਦਾ ਇੰਤਜ਼ਾਰ। ਜਿੱਦਾਂ ਹੀ ਸਾਡੀ ਗੈਂਗ ਆਉਂਦੀ ਆ ਅਤੇ ਅਸੀਂ ਕਰਦੇ ਹਾਂ ਐਕਸਰਸਾਈਜ਼ ਸ਼ੁਰੂ। ਆਓ ਤਦ ਤੱਕ ਤੁਸੀਂ ਵੀ ਮੇਰੇ ਨਾਲ ਕਰੋ ਉਹਨਾਂ ਦਾ ਇੰਤਜ਼ਾਰ। ਆਇਆ ਸੀ ਜਿੰਮ, ਆਉਂਦੇ ਨੇ ਕਿਲੋ ਗੁਲਾਬ ਜਾਮਣਾ ਕਰ ਦੀਆਂ। ਚਲੀਏ ਚਲੀਏ ਸੋ ਲਓ ਜੀ ਮੇਰੇ ਵੀਰੇ, ਸਵੇਰੇ 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 ਬਾਜ਼ਾਰ ਆਏ, ਕਿਹੜੀ ਬਾਤ ਨਹੀਂ ਗੇ, ਬਾਜ਼ਾਰ ਖਾਲੀ ਹੈ, ਏਦਾਂ ਹੀ ਘੁੰਮ ਫਿਰ ਕੇ ਚੱਲੇ ਹੈ। ਤੁਸੀਂ ਵੀ ਦੇਖੋ ਨਜ਼ਾਰੇ ਲਓ, ਸਾਡੇ ਪਾਰਸ ਭਾਜ ਪਿੱਛੇ ਗੁਰੇਲਾ ਵਾਰੀ ਦਾ ਹਾਊਸ ਬੇਬੀ ਆਓ ਤੁਸੀਂ ਦੇਖੋ ਬਾਜ਼ਾਰ ਆ ਕਰੋ ਚੈੱਕ, ਬਾਜ਼ਾਰ ਬਾਜ਼ਾਰ ਚ ਬਾਜ਼ਾਰ ਸਾਰਾ ਹੀ ਬੰਦ ਹੈ। ਥਾਣਾ ਹਾਜੀਪੁਰ, ਇਹ ਪੀ ਡੀ ਪੀ ਓ ਦਫ਼ਤਰ ਹਾਜੀਪੁਰ। ਆ ਬੇਕਰੀ ਦੀ ਬਹੁਤ ਮਸ਼ਹੂਰ ਦੁਕਾਨ ਹੈ ਮੇਰੇ ਵੀਰੇ, ਹਾਜੀਪੁਰ ਦੀ ਬੇਕਰੀ ਦੀ। ਤੇ ਆ ਇੱਕ ਆ ਬ੍ਰਾਂਡ ਪੁਆਇੰਟ ਹੈ, ਬਹੁਤ ਕੱਪੜਾ ਬਹੁਤ ਮਿਲਦਾ ਇੱਥੋਂ, ਪਰ ਥੋੜੇ ਟਾਈਮ 'ਚ ਨਹੀਂ, ਟੱਕਰ ਦੀ ਦੁਕਾਨ ਖੋਲ੍ਹ ਰਹੇ ਹੈ ਸਾਡੇ ਵੱਡੇ ਲਾਲਾ ਭਾਜੀ ਦੀ ਦੁਕਾਨ। ਅਰਬਨ ਫੈਸ਼ਨ ਹੱਬ ਜਿਹੜਾ ਹੈਗਾ ਸਵਾਰ ਰੋਡ 'ਤੇ, ਜਲਦੀ ਹੋ ਰਿਹਾ, ਦੋ ਤਿੰਨ ਦਿਨ ਦੇ ਅੰਦਰ ਤਿੰਨ ਚਾਰ ਦਿਨ ਦੇ ਅੰਦਰ ਮੇਰੇ ਵੀਰੋ ਅਰਬਨ ਫੈਸ਼ਨ ਹੱਬ ਦੀ ਸ਼ੋਪਿੰਗ ਓਪਨਿੰਗ ਕਰ ਰਹੇ ਹਾਂ, ਜਲਦੀ ਤੁਹਾਨੂੰ ਦਿਖਾਵਾਂਗੇ, ਜਲਦੀ ਤੁਹਾਨੂੰ ਦਿਖਾਵਾਂਗੇ। ਤੇ ਬਹੁਤ ਹੀ ਘੱਟ ਰੇਟ ਤੇ ਅਸੀਂ ਆ ਗਏ ਆ ਜਿੰਮ ਦੇ ਬਾਹਰ, ਸਕੂਟਰੀ ਸਾਨੂੰ ਪਤਾ ਨੀ ਅਸੀਂ ਕਿਹਦੀ ਚੱਕ ਕੇ ਲੈ ਗਏ ਆ, ਤੇ ਹੁਣ ਸਕੂਟਰੀ ਖੜੇ ਕਰੀਏ ਇੱਥੇ।
ਤੇ ਚਲੋ ਜਿਮ ਦੇ ਅੰਦਰ ਚਲੀਏ। ਲੋ ਜੀ ਆ ਗਏ ਅਸੀਂ ਜਿਮ ਦੇ ਅੰਦਰ। ਸੋ ਲੋ ਜੀ ਮੇਰੇ ਵੀਰਿਓ, ਬੈਂਕ ਦਾ ਅਸੀਂ ਕੰਮ ਖਤਮ ਕਰ ਲਿਆ ਤੇ ਹੁਣ ਜਾ ਰਹੇ ਹਾਂ ਘਰ ਨੂੰ। ਜਿਮ ਜੁਮ ਬੰਦ ਕਰ ਰਹੇ ਸੀਗੇ ਤੇ ਜਿਮ ਵੀ ਬੰਦ ਕਰਤੀ ਸੀ, ਬੈਂਕ ਦਾ ਵੀ ਕੰਮ ਕਰ ਲਿਆ। ਪਾਰਸ ਭਾਈ ਦਾ ਬਹੁਤ ਬਹੁਤ ਧੰਨਵਾਦ ਮੇਰਾ ਸਾਥ ਦੇਣ ਲਈ, ਉਹ ਮੇਰੀ ਹੈਲਪ ਕਰ ਰਹੇ ਨੇ ਇਹ। ਤੇ ਮੀਂਹ ਲੱਗਿਆ ਹੋਇਆ ਗਾ, ਸੜਕ 'ਤੇ ਕਾਫੀ ਟ੍ਰੈਫਿਕ ਹੈ, ਨਹਿਰ ਕ੍ਰੋਸ ਕਰ ਰਹੇ ਹਾਂ, ਤੁਸੀਂ ਚੈੱਕ ਕਰ ਸਕਦੇ ਹੋ। ਆਹ ਪਾਰਸ ਭਾਜੀ ਸਾਡੇ, ਪਾਰਸ ਭਾਜੀ ਸੀ ਹਾਏ। ਸੋ ਇਹ ਮੀਂਹ ਨਾਲ ਬਹੁਤ ਰਾਹਤ ਮਿਲਣੀ ਉਹਨਾਂ ਨੂੰ ਜਿਨ੍ਹਾਂ ਨੇ ਝੋਨਾ ਲਾਇਆ ਹੋਇਆ। ਅੱਗਿਓਂ ਗੱਡੀ ਆ ਰਹੀ ਹੈ ਮੇਰੇ ਵੀਰਿਓ, ਅਤੇ ਚਲੋ ਤੁਹਾਨੂੰ ਮਿਲਦੇ ਹਾਂ ਫਿਰ ਇੱਦਾਂ ਰਾਹ ਦੇ ਵਿੱਚ। ਤਦ ਤੱਕ ਲਈ ਬਾਏ। ਮੀਂਹ ਕਾਫੀ ਤੇਜ਼ ਹੋ ਰਿਹਾ ਮੇਰੇ ਵੀਰੇ, ਹੌਲੀ ਹੌਲੀ ਬਹੁਤ ਤੇਜ਼ ਹੋ ਰਿਹਾ ਮੀਂਹ, ਬਹੁਤ ਤੇਜ਼ ਲੱਗ ਰਿਹਾ ਮੀਂਹ। ਕੈਮਰੇ ਦੇ ਵਿੱਚ ਕੈਪਚਰ ਨਹੀਂ ਹੋ ਰਿਹਾ ਪਰ ਮੀਂਹ ਤੇਜ਼ ਹੈ ਇਸ ਵਕਤ। ਪਾਰਸ ਭਾਈ ਤੋਂ ਰਿਵਿਊ ਲੈਂਦੇ, ਪਾਰਸ ਭਾਈ ਕਿੰਨਾ ਕੁ ਮੀਂਹ ਪੈ ਰਿਹਾ? ਉੱਦਾਂ ਵਧੀਆ ਵੀ ਹੈ, ਗਰਮੀ ਕਾਫੀ ਹੋਈ ਸੀ, ਮੀਂਹ ਜ਼ਰੂਰੀ ਹੈ। ਚਲੋ ਤੁਹਾਨੂੰ ਮਿਲਦੇ ਹਾਂ ਫਿਰ ਇੱਦਾਂ ਹੀ ਕਿਸੇ ਬਲੌਗ ਦੇ ਵਿੱਚ। ਕਰੋ ਚੈੱਕ ਗਿੱਟ, ਇੰਨਾ ਮੀਂਹ ਪੈ ਰਿਹਾ ਗਿੱਟ ਗਿੱਲੀ ਹੋ ਗਈ ਹੈ। ਮਿਲਦੇ ਹਾਂ ਤੁਹਾਨੂੰ, ਠੀਕ ਹੈ? ਨਾ ਨਾ ਚਲੀਏ ਹੁਣ ਭਰਾ ਘਰ। ਲਓ ਜੀ ਮੇਰੇ ਵੀਰਿਓ, ਪਾਰਸ ਭਾਜੀ ਨੂੰ ਕਰਤਾ ਸੀ ਇੱਥੋਂ ਅਲੱਗ ਅਤੇ ਸਾਡਾ ਸਫ਼ਰ ਇੱਥੋਂ ਅਲੱਗ ਸ਼ੁਰੂ ਹੁੰਦਾ। ਹੁਣ ਅਸੀਂ ਚੱਲਦੇ ਹਾਂ ਆਪਣੇ ਘਰ ਨੂੰ, ਤੁਸੀਂ ਕਰੋ ਚੈੱਕ, ਇੰਜੋਏ ਕਰੋ ਵਿਊ। ਓ ਹੋ ਕੈਮਰੇ 'ਤੇ ਮੀਂਹ ਪੈ ਗਿਆ। ਅਸੀਂ ਪਹੁੰਚ ਗਏ ਹਾਂ ਪਿੰਡ, ਬਸ ਚੰਦ ਕੁ ਮਿੰਟਾਂ ਦੇ ਰਸਤੇ ਦੇ ਘਰ ਹੈ ਸਾਡਾ। ਕਰੋ ਚੈੱਕ, ਲਓ ਜੀ ਮੇਰੇ ਵੀਰਿਓ, ਰੱਬ ਕੇ ਨਾ ਬੁਰਾ ਕਰੇ, ਇੰਨਾ ਵੀ ਬੁਰਾ ਨਾ ਕਰੇ, ਬਾਹਰ ਲੱਗਿਆ ਹੋਇਆ ਮੀਂਹ, ਘਰ ਨੂੰ ਲੱਗਿਆ ਹੋਇਆ ਤਾਲਾ। ਹੁਣ ਮੈਂ ਗੇਟ ਟੱਪੂੰਗਾ, ਗੇਟ ਟੱਪ ਕੇ ਅੰਦਰੋਂ ਚਾਬੀ ਲਿਆਊਂਗਾ। ਨਹੀਂ ਮੇਰੇ ਤੋਂ ਹੈ ਇਹ ਤਾਲੇ ਦੀ ਚਾਬੀ ਹੈ, ਇਹ ਤਾਲਾ ਖੋਲ੍ਹ ਕੇ ਅਤੇ ਹੁਣ ਮੈਂ ਚੱਲਦਾ ਅੰਦਰ। ਸੋ ਲਓ ਜੀ ਮੇਰੇ ਵੀਰਿਓ, ਮੈਂ ਪਹੁੰਚ ਗਿਆ ਘਰ ਅਤੇ ਗਿੱਲਾ ਹੋ ਚੁੱਕਿਆ ਕਾਫੀ। ਹੁਣ ਬਦਲਦੇ ਹਾਂ ਕੱਪੜੇ ਅਤੇ ਬਲੋਕ ਕਰਦੇ ਹਾਂ ਖਤਮ ਫਿਲਹਾਲ ਲਈ, ਅਤੇ ਫਿਰ ਕੰਟੀਨਿਊ ਕਰਦੇ ਹਾਂ ਕਿਉਂਕਿ ਅੱਜ ਮੀਂਹ ਲੱਗਾ ਪਿਆ ਅਤੇ ਕੋਈ ਪਤਾ ਨਹੀਂ ਕਿਤੇ ਜਾ ਹੁੰਦਾ ਕਿ ਨਹੀਂ ਜਾ ਹੁੰਦਾ, ਇਸ ਲਈ ਪਤਾ ਨਹੀਂ ਜੋ ਵੀ ਹੋਊਗਾ ਤੁਹਾਨੂੰ ਦਿਖਾਉਂਦੇ ਹਾਂ ਅੱਗੇ। ਸੋ ਲਓ ਜੀ ਮੈਂ ਤਾਂ ਸੌਂ ਗਿਆ ਸੀਗਾ ਘਰ, ਆਇਆ ਸਾਡੀ ਬੂਆ ਦਾ ਮੁੰਡਾ ਨੀਰਜ, ਹੈਲੋ ਘਰ ਠੀਕ ਹੈ, ਅਤੇ ਇਹਨੇ ਆ ਕੇ ਠਾ ਦਿੱਤਾ। ਹੁਣ ਇਹਨਾਂ ਥੋੜ੍ਹੀਆਂ ਗੱਪਾਂ ਛੱਪਾਂ ਮਾਰਦੇ ਹਾਂ, ਫਿਰ ਦੇਖਦੇ ਹਾਂ ਕੀ ਅਗਲਾ ਸਾਡਾ ਮਾਹੌਲ ਬਣਦਾ। ਚੰਗਾ ਲਓ ਜੀ ਮੇਰੇ ਵੀਰੇ, ਉਹ ਨੀਰਜ ਆਇਆ ਸੀ, ਗੱਡੀ ਲਾ ਤੀ ਡੇਢੀ, ਮਸੀ ਸਟਾਰਟ ਹੋਈ ਹੈ, ਤੇਲ ਚੱਲ ਗਿਆ ਹੁਣ ਇੱਕ ਸਾਈਡ 'ਤੇ ਇਹਦਾ ਡੀਜ਼ਲ, ਅਤੇ ਹੁਣ ਗੱਡੀ ਇਹਦੀ ਅੰਦਰ ਕਰਾਉਣ ਲੱਗਿਆ, ਮੀਂਹ ਲੱਗਿਆ ਪਿਆ ਹੈਗਾ। ਜੇ ਕਾਕਾ ਟੈਲ ਟੁੱਟੀ, ਉਹ ਪਿੱਛੇ ਲੈ ਜਾ ਸਿੱਧੀ ਟੀਨ ਥੱਲੇ ਲਾ। ਸੋ ਮੇਰੇ ਵੀਰਿਓ ਇਹਦੀ ਗੱਡੀ ਲਵਾ ਤੀ ਅੰਦਰ,
ਲਾਈ ਖਰੇ ਇਹਨੇ ਕਿਸ ਢੰਗ ਨਾਲ ਭੈਣ ਜੋ ਕਿਸ ਢੰਗ ਨਾਲ ਲਾਉਂਦੇ ਤੂੰ ਗੱਡੀਆਂ ਨੀ ਇਹਨੂੰ ਲਾਣੇ ਆਉਂਦੀ ਉਹ ਕੁੱਤਾ ਭੋਂਕਣ ਡਿਆ ਗਾ ਖਰੇ ਕੀ ਕਰਨ ਲੱਗਾ ਮੈਨੂੰ ਸਮਝ ਨੀ ਆਈ ਚਲੋ ਗਾਇਜ਼ ਮੈਂ ਇਹਦੀ ਗੱਡੀ ਲਵਾ ਦਿੰਦਾ ਇਹਨੂੰ ਹੈ ਨੀ ਲਾਣੇ ਆਉਂਦੀ ਉਹ ਫਾਈਨਲੀ ਗਾਇਜ਼ ਆ ਮੁੰਡੇ ਦੀ ਅਸੀਂ ਗੱਡੀ ਲਵਾ ਦਿੱਤੀ ਹੈ ਕਰੋ ਚੈੱਕ ਸੋਹਣਾ ਸਰਦਾਰ ਸਾਡਾ ਕਰੋ ਚੈੱਕ ਸੋ ਗਾਇਜ਼ ਸਾਰੇ ਜਣੇ ਮੁੰਡੇ ਨੂੰ ਮੁਬਾਰਕਾਂ ਦਿਓ ਇਹ ਮੁੰਡੇ ਦਾ ਐਡਮਿਸ਼ਨ ਹੋ ਗਿਆ ਖਾਲਸਾ ਯੂਨੀਵਰਸਿਟੀ JEE ਦਾ ਐਗਜ਼ਾਮ ਕਲੀਅਰ ਕਰਕੇ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਂਜੀ ਮੁਬਾਰਕਾਂ ਦਿਓ ਸਾਰੇ ਜਣੇ ਕਮੈਂਟ ਵਿੱਚ ਇਹਨੂੰ ਦੇਖੋ ਕਿੱਦਾਂ ਜਾਂਦਾ ਪਿਆ ਕਿੱਧਰ ਦੇਖੀ ਹੋਏ ਕਹਿੰਦਾ ਮੈਂ ਪੱਗ ਹੀ ਬੰਨ ਕੇ ਰੱਖਣੀ ਆ ਨਹੀਂ ਉੱਥੇ ਕਹਿੰਦਾ ਹੁਣ ਕਰਨ ਚਲਾ ਗੇਟ ਬੰਦ ਚਲੋ ਮਿਲਦੇ ਹਾਂ ਤੁਹਾਨੂੰ ਗਾਇਜ਼ ਆਹ ਦੇਖੋ ਗੇਟ ਬੰਦ ਕਰਕੇ ਮੁੰਡਾ ਆਉਂਦੇ ਆ ਕਿੰਨਾ ਸੋਹਣਾ ਮੁੰਡਾ ਸਾਡਾ ਇਹ ਲੱਗਣ ਦਿਆ ਚੈੱਕ ਕਰੋ ਸ਼ਰਮਾ ਗਿਆ ਲਓ ਜੀ ਮੇਰੇ ਵੀਰੇ ਨੀਰਜ ਨਾਲ ਗੱਪਾਂ ਛੱਪਾਂ ਮਾਰੀਆਂ ਅਤੇ ਹੁਣ ਮੈਂ ਚੱਲਾਂ ਹਾਜੀਪੁਰ ਨੂੰ ਨੀਰਜ ਮੇਰੇ ਨਾਲ ਚੱਲਾਂ ਮੈਂ ਮੋਟਰਸਾਈਕਲ 'ਤੇ ਜਾਣਾ ਨੀਰਜ ਨੇ ਜੀਪ 'ਤੇ ਜਾਣਾ ਕਿਉਂਕਿ ਫਿਰ ਮੈਂ ਹਾਜੀਪੁਰ ਹੀ ਰੁਕ ਜਾਣਾ ਅਤੇ ਨੀਰਜ ਨੇ ਸ਼ਾਇਦ ਕਿਤੇ ਹੋਰ ਜਾਣਾ ਗਾ ਇਸ ਲਈ ਉਹ ਜੀਪ ਲੈ ਕੇ ਆ ਰਿਹਾ ਪਿੱਛੇ ਅਤੇ ਮੈਂ ਗੇਟ ਖੋਲ ਲਿਆ ਗੇਟ ਇਹਨੂੰ ਖੋਲ੍ਹ ਕੇ ਘਰ ਦੇ ਘਰ ਹੈ ਨਹੀਂ ਜਿੰਦਾ ਲਾ ਕੇ ਅਤੇ ਅਸੀਂ ਚੱਲ ਲੈਣਾ ਗਾ ਅਤੇ ਮੈਂ ਮੋਟਰਸਾਈਕਲ 'ਤੇ ਅਤੇ ਉਹ ਜੀਪ ਨੇ ਚਲੋ ਆ ਜੀ ਕਢਾ ਕੇ ਮੁੰਡੇ ਦੀ ਜੀਪ ਬਾਹਰ ਅਤੇ ਹੁਣ ਮੈਂ ਗੇਟ ਬੰਦ ਕਰਕੇ ਪਹਿਲੇ ਕੁੱਤੇ ਨੂੰ ਖੁੱਲ੍ਹਾ ਛੱਡਦਾ ਛੋਟੂ ਹੈ ਉਹਦਾ ਨਾਮ ਅਸੀਂ ਲਿਖਿਆ ਹੋਇਆ ਉਹਨੂੰ ਖੁੱਲ੍ਹਾ ਛੱਡਦਾ ਫਿਰ ਮੈਂ ਆਪਣਾ ਮੋਟਰਸਾਈਕਲ ਕੱਢਦਾ ਸੋ ਮੇਰੇ ਵੀਰੇ ਉਹ ਟੈਂਪੂ ਕਢਾ ਕੇ ਅਸੀਂ ਮਾੜੀ ਜਿਹੀ ਗੱਡੀ ਲਵਾਉਣ ਲੱਗੇ ਨੀਰਜ ਦੇ ਇੱਥੇ ਫਿਰ ਅਸੀਂ ਬਾਜ਼ਾਰ ਜਾਣਾ ਮੋਟਰਸਾਈਕਲ 'ਤੇ ਜੀਪ ਇੱਥੇ ਲਾ ਕੇ ਅਤੇ ਅਸੀਂ ਮੋਟਰਸਾਈਕਲ 'ਤੇ ਹੁਣ ਚੱਲੇ ਬਾਜ਼ਾਰ ਨੂੰ ਸੋ ਮੇਰੇ ਵੀਰੇ ਉਹ ਨੀਰਜ ਕਹਿੰਦਾ ਜੀ ਸਮੋਸੇ ਖਾਣੇ ਨੀਰਜ ਨੂੰ ਅਸੀਂ ਖਿਲਾਉਣਾ ਆ ਸਮੋਸੇ ਬਾਜ਼ਾਰ 'ਚ ਚੈੱਕ ਕਰੋ ਬਾਬੇ ਉਹ ਚੈੱਕ ਕਰੋ ਸਮੋਸੇ ਚੈੱਕ ਕਰੋ ਬਾਬੇ ਉਹ ਲਓ ਜੀ ਮੇਰੇ ਵੀਰੇ ਹਾਜੀਪੁਰ ਦੀ ਬਹੁਤ ਮਸ਼ਹੂਰ ਦੁਕਾਨ 'ਤੇ ਸਮੋਸੇ ਖਿਲਾਏ ਨੀਰਜ ਨੂੰ ਸਮੋਸੇ ਖਾ ਕੇ ਅਤੇ ਪਾਣੀ ਪੀ ਕੇ ਹੁਣ ਹਟਿਆ ਗਾ ਥੱਲੇ ਪਾਣੀ ਪੀਣਾ ਹਟਿਆ ਜਾਂ ਨਹੀਂ ਚਲੋ ਹੁਣ ਮਿਲਦੇ ਹਾਂ ਅੱਗੇ ਤੁਹਾਨੂੰ ਲਓ ਜੀ ਮੇਰੇ ਵੀਰੇ ਨੀਰਜ ਨੂੰ ਅਸੀਂ ਭੇਜਣ ਲੱਗੇ ਘਰ ਥੋੜ੍ਹਾ ਜਿਹਾ ਇਹਨੂੰ ਜਿੰਮ ਘੁਮਾਈ ਹੁਣ ਬਹਿ ਗਿਆ ਗੱਡੀ 'ਚ ਗੱਡੀ 'ਚ ਬਹਿ ਕੇ ਅਤੇ ਚੱਲਾ ਹੁਣ ਇਹਨੂੰ ਕਰੋ ਸਾਰੇ ਨੇ ਟਾਟਾ ਬਾਬਾ ਬਾਬਾ ਚੰਗਾ ਜੀ ਇਹ ਵੀ ਚੱਲ ਗਿਆ ਹੁਣ ਅਸੀਂ ਵੀ ਚੱਲੀਏ ਓਕੇ ਬਾਬਾ ਆਏ ਸੋ ਲਓ ਜੀ ਮੇਰੇ ਵੀਰੇ ਇਸੇ ਦੇ ਨਾਲ ਅਸੀਂ ਅੱਜ ਦਾ ਬਲੌਗ ਕਰਦੇ ਹਾਂ ਖਤਮ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਫਿਰ ਤੋਂ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਬਾਬਾ